ਹਾਂਜੀ ਗੇਟਵੇ ਟੂ ਇੰਗਲਿਸ਼ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਆਪਾਂ 6th ਕਲਾਸ ਦੀ ਜੋ ਨਵੀਂ ਆਪਣੇ ਕੋਲ ਵਰਕਬੁੱਕ ਆਈ ਹੋਈ ਹੈ ਸੈਸ਼ਨ 2022-23 ਲਈ ਠੀਕ ਹੈ ਉਸ ਵਿੱਚੋਂ ਵਰਕਸ਼ੀਟ ਨੰਬਰ 1 ਅੱਜ ਡਿਸਕਸ ਕਰਾਂਗੇ ਠੀਕ ਹੈ ਬੇਟਾ। ਮਾਈ ਇੰਗਲਿਸ਼ ਵਰਕਬੁੱਕ ਠੀਕ ਹੈ ਮਾਈ ਵਰਕਬੁੱਕ ਇੰਗਲਿਸ਼ ਠੀਕ ਹੈ ਸੈਸ਼ਨ 2022-23 ਦੀ ਠੀਕ ਹੈ ਇਸ ਦੀ ਫਰਸਟ ਵਰਕਸ਼ੀਟ ਆਪਾਂ ਡਿਸਕਸ ਕਰ ਰਹੇ ਹਾਂ ਬੇਟਾ ਠੀਕ ਹੈ ਨੇਮ ਆਫ ਦਾ ਲੈਸਨ ਇਜ਼ ਦਾ ਫਾਰਮ ਹਾਊਸ ਕਾਊਸ ਠੀਕ ਹੈ ਵਰਕਸ਼ੀਟ ਨੰਬਰ 1 ਹੈ ਠੀਕ ਹੈ ਬੇਟਾ ਇਸ ਤੋਂ ਪਹਿਲਾਂ ਵਰਕਸ਼ੀਟ ਨੰਬਰ 7 8 9 ਮੈਂ ਅਪਲੋਡ ਕਰ ਦਿੱਤੀਆਂ ਸੀਗੀਆਂ ਕਿਉਂਕਿ 26 ਨਵੰਬਰ ਤੋਂ ਆਪਣੇ 22 ਮੰਥਲੀ ਐਗਜ਼ਾਮ ਨੇ ਇਸ ਕਰਕੇ ਕਿਉਂਕਿ ਇਹ ਜਿਹੜਾ ਨਵੰਬਰ ਦੇ ਵਿੱਚ 22 ਮੰਥਲੀ ਐਗਜ਼ਾਮ ਹੋਣਾ 26 ਨਵੰਬਰ ਤੋਂ ਉਸ ਵਿੱਚ ਬੇਟਾ ਲੈਸਨ ਨੰਬਰ 7 8 ਤੇ 9 ਨੇ ਠੀਕ ਹੈ ਉਹ ਇਸ ਕਰਕੇ ਪਹਿਲਾਂ ਅਪਲੋਡ ਕਰ ਦਿੱਤੀਆਂ ਸੀ ਹੁਣ ਆਪਾਂ ਵਰਕਸ਼ੀਟ ਨੰਬਰ 1 ਤੋਂ ਅੱਜ ਸ਼ੁਰੂ ਕਰ ਰਹੇ ਹਾਂ ਬਾਕੀ ਜਿੰਨੀਆਂ ਵਰਕਸ਼ੀਟਸ ਬਚ ਗਈਆਂ ਉਹ ਸਾਰੀਆਂ ਅਪਲੋਡ ਹੋ ਜਾਣਗੀਆਂ ਠੀਕ ਹੈ ਅੱਜ ਤੁਹਾਡੀ ਜਿਹੜਾ ਵਰਕਸ਼ੀਟ ਨੰਬਰ 1 2 ਐਂਡ 3 ਠੀਕ ਹੈ ਤਿੰਨੋਂ ਵਰਕਸ਼ੀਟਸ ਹੁਣੇ ਹੀ ਅਪਲੋਡ ਹੋ ਰਹੀਆਂ ਨੇ ਸੋ ਇਸ ਨੂੰ ਤੁਸੀਂ ਵੀਡੀਓ ਨੂੰ ਬਤਵਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੇਕਰ ਚੈਨਲ ਤੇ ਨਵੇਂ ਹੋ ਤੁਸੀਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਜਿੰਨੀਆਂ ਵੀ ਵਰਕਸ਼ੀਟਸ ਹੋਣੀਆਂ ਸਾਰੀਆਂ ਸੋਲਵ ਆਪਾਂ ਕਰਾਂਗੇ ਇਸ ਚੈਨਲ ਤੇ ਠੀਕ ਹੈ ਆਓ ਫਰਸਟ ਐਕਟੀਵਿਟੀ ਆਪਣੇ ਕੋਲ ਹੈਗੀ ਹੈ ਵਰਡ मीनिंग ਇਨ ਇੰਗਲਿਸ਼ ਹੈ मीनिंग ਇਨ ਪੰਜਾਬੀ ਹੈ ਥੈਨ ਸੈਂਟੈਂਸ ਫਰੇਮ ਕਰਨਾ ਆਪਾਂ ਨੇ ਠੀਕ ਹੈ ਫਰਸਟ ਵਰਡ ਆਪਣੇ ਕੋਲ ਐਪਰੀਸ਼ੀਏਟ ਹੈ ਜਿਸ ਦਾ ਮਤਲਬ ਹੈ ਤਾਰੀਫ ਕਰਨੀ ਠੀਕ ਹੈ ਵੈਲਿਊ ਹਾਈਲੀ ਸੈਂਟੈਂਸ ਬਿਲਕੁਲ ਸੌਖਾ ਜਿਹਾ ਬਣਾਇਆ ਆਪਾਂ ਨੇ ਆਈ ਐਪਰੀਸ਼ੀਏਟ ਯੂ ਠੀਕ ਹੈ ਸੋ ਨੈਕਸਟ ਵਰਡ ਆਪਣੇ ਕੋਲ ਹੈਗਾ ਲੋਫ ਜਿਸ ਦਾ ਮਤਲਬ ਹੈ ਰੋਟੀ ਆਈ ਹੈਵ ਅ ਲੋਫ ਠੀਕ ਹੈ ਨੈਕਸਟ ਲੰਪ ਜਿਸ ਦਾ ਮਤਲਬ ਹੈ ਟੁਕੜਾ ਵੀ ਹੋ ਸਕਦਾ ਹੈ ਤੇ ਗੰਡ ਵੀ ਹੋ ਸਕਦਾ ਇਸ ਦਾ मीनिंग ਠੀਕ ਹੈ ਹੀ ਹੈਡ ਅ ਲੰਪ ਓਨ ਹਿਸ ਹੈਡ ਉਸਦੇ ਸਿਰ ਦੇ ਉੱਪਰ ਇੱਕ ਗੰਡ ਹੈ ਕੋਈ ਜਿਵੇਂ ਫੋੜਾ ਟਾਈਪ ਜਿਵੇਂ ਹੋ ਜਾਂਦਾ ਨਾ ਉਸ ਸੈਂਸ ਦੇ ਵਿੱਚ ਸੈਂਟੈਂਸ ਬਣਿਆ ਆਪਾਂ ਨੇ ਇਹ ਬਣਾਇਆ ਕਰੀਏਚਰ ਦਾ ਮਤਲਬ ਜੀਵ ਹੁੰਦਾ ਹੈ ਦਾ ਕਾਉ ਇਜ਼ ਅ ਫਰੈਂਡਲੀ ਕਰੀਏਚਰ ਠੀਕ ਹੈ ਨੈਕਸਟ ਸੈਂਟੈਂਸ ਹੈ ਚੀਜ਼ ਨੈਕਸਟ ਵਰਡ ਹੈ ਚੀਜ਼ ਜਿਸ ਦਾ ਮਤਲਬ ਹੈ ਪਨੀਰ ਤੇ ਸੈਂਟੈਂਸ ਬਣੇਗਾ ਆਈ ਲਵ ਚੀਜ਼ ਬਿਲਕੁਲ ਸੌਖੇ ਸੌਖੇ ਸੈਂਟੈਂਸ ਜੀ ਨੇ ਬੇਟਾ ਨੋਟ ਕਰੀ ਚੱਲੋ ਨਾਲ ਦੀ ਨਾਲ ਫਿਲ ਕਰ ਲਓ ਠੀਕ ਹੈ ਵੀਡੀਓ ਨੂੰ ਹੈਰਾਨ ਹੋਇਆ ਹੀ ਵਾਸ ਸਰਪ੍ਰਾਈਜ਼ਡ ਉਹ ਹੈਰਾਨ ਹੋਇਆ ਅੰਡਰ ਨੀਥ ਦਾ ਮਤਲਬ ਹੈ ਹੇਠਾਂ देयर ਵਾਸ ਅ ਬੋਲ ਅੰਡਰ ਨੀਥ ਦਾ ਕਾਰ ਕਾਰ ਦੇ ਹੇਠਾਂ ਇੱਕ ਬੋਲ ਸੀ ਡਿਲੀਸ਼ਸ ਮਤਲਬ ਸਵਾਦੀ ਦਾ ਫੂਡ ਵਾਸ ਡਿਲੀਸ਼ਸ ਥੈਨ ਯੂਸੂਅਲੀ ਆਮ ਤੌਰ ਤੇ ਆਈ ਯੂਸੂਅਲੀ ਟੇਕ ਟੀ ਨੈਕਸਟ ਹੈ ਅਫਰੇਡ ਡਰ ਹੀ ਇਜ਼ ਅਫਰੇਡ ਆਫ ਫਾਇਰ ਉਸਨੂੰ ਅੱਗ ਤੋਂ ਡਰ ਲੱਗਦਾ ਹੈ ਨੈਕਸਟ ਸੈਂਟੈਂਸ ਆਪਣੇ ਕੋ ਨੈਕਸਟ ਐਕਟੀਵਿਟੀ ਆਪਣੇ ਕੋ ਆਈ ਹੈ ਕੰਪਲੀਟ ਦਾ ਟੇਬਲ ਵਿਦ ਸਿਨੋਨਿਮਸ ਐਂਡ ਐਂਟੋਨਿਮਸ ਆਫ ਦਾ 기ਵਨ ਵਰਡਸ ਹੈ ਐਫਰੇਡ ਵਰਡ ਹੈ ਇਸ ਦਾ ਸਿਨੋਨਿਮ ਹੈ ਸਕੇਅਰਡ ਡਰਿਆ ਹੋਇਆ ਤੇ ਐਂਟੋਨਿਮ ਇਸ ਦਾ ਬ੍ਰੇਵ ਬਹਾਦਰ ਨੈਕਸਟ ਡਿਫਰੈਂਟ ਜਿਸ ਦਾ ਮਤਲਬ ਹੈ ਅਲੱਗ ਭਿੰਨ ਡਿਸਿਮਿਲਰ ਤੇ ਆਪੋਜੀਟ ਹੋ ਗਿਆ ਇਸ ਦਾ ਸਿਮਿਲਰ ਦੈਨ ਅੰਡਰਨੀਥ ਦਾ ਮਤਲਬ ਬਿਲੋ ਹੇਠਾਂ ਅਤੇ ਅਪ ਹੋ ਗਿਆ ਉੱਪਰ ਦੈਨ ਫਰੈਂਡ ਦਾ ਮਤਲਬ ਕੰਪੇਨੀਅਨ ਸਾਥੀ ਤੇ ਫਾਉ ਹੋ ਗਿਆ ਦੁਸ਼ਮਣ ਦੈਨ ਕਾਈਂਡ ਦਾ ਮਤਲਬ ਜੈਂਟਲ ਤੇ ਆਪੋਜੀਟ ਵਰਡ ਹੋ ਗਿਆ ਕਰੂਅਲ ਠੀਕ ਹੈ ਲੈਟਸ ਟਰਾਈ ਟੂ ਆਨਸਰ ਦਾ ਫੋਲੋਇੰਗ ਕੁਐਸਚਨਸ ਹਾਊ ਮੈਨੀ ਹਾਰਸਸ ਆ ਵਰ देयर ਇਨ ਦਾ ਫੀਲਡ ਖੇਤ ਵਿੱਚ ਕਿੰਨੇ ਘੋੜੇ ਸਨ 9 ਹੈ ਠੀਕ ਹੈ ਨੈਕਸਟ ਵਾਟ ਸਾਉਂਡ ਡਸ ਅ ਕਾਊ ਮੇਕ ਮੂਜ਼ ਠੀਕ ਹੈ ਮਦਰ ਸਰਵਸ ਅ ਡਿਸ਼ ਆਫ সুইਟਨਡ ਐਪਲਸ ਐਟ ਬ੍ਰੇਕਫਾਸਟ ਇਫ ਹੌਲਸ ਹੈ ਨੈਕਸਟ ਦ ਯੰਗ ਵਨ ਆਫ ਗੋਟ ਇਜ਼ ਕਾਲਡ ਕਿਡਸ ਵਾਟ ਵਾਸ ਦ ਜੱਗ ਫੁੱਲ ਆਫ ਦ ਜੱਗ ਵਾਸ ਫੁੱਲ ਆਫ ਥਿਕ ਕਰੀਮ ਨੈਕਸਟ ਆਪਣੇ ਕੋਲ ਹੈਗਾ ਡਰਾ ਯੋਰ ਫੇਵਰਿਟ ਐਨੀਮਲ ਇੱਥੇ ਐਨੀਮਲ ਦੀ ਪਿਕ ਡਰਾ ਕਰਨੀ ਤੁਸੀਂ ਮੈਂ ਕਾਊ ਬਾਰੇ ਲਈਆ ਕਾਊ ਦੀ ਪਿਕ ਤੁਸੀਂ ਇੱਥੇ ਡਰਾ ਕਰ ਲਿਓ ਠੀਕ ਐਨੀਮਲ ਦਾ ਨੇਮ ਹੈ ਕਾਊ ਸਾਈਜ਼ 4 ਫੀਟ ਟਾਲ ਹੈ देन ਕਲਰ ਵਾਈਟ ਹੈ ਟ੍ਰੇਟਸ ਕਾਮ ਰਹਿੰਦੀ ਬਹੁਤ ਸ਼ਾਂਤ ਹੈ ਇਟ ਹੈਜ਼ 4 ਲੈਗਸ ਇਟ ਈਟਸ ਗ੍ਰਾਸ ਇਟ ਲਿਵਸ ਇਨ ਅ ਸ਼ੈਡ ਇਟ ਕੈਨ ਰਨ ਇਟਸ ਯੰਗ ਵਨਸ ਆਰ ਕਾਲਡ ਕਾਊਜ਼ ਠੀਕ ਐ ਸਮਥਿੰਗ ਇੰਟਰਸਟਿੰਗ ਅਬਾਊਟ ਇਟ ਇਟ ਗਿਵਸ ਅਸ ਮਿਲਕ ਆਈ ਕਾਲ ਇਟ ਕਾਮਧੇਨੂ ਠੀਕ ਐ ਇਹ ਤੁਸੀਂ ਇੱਥੇ ਪਿਕਚਰ ਡਰਾ ਕਰ ਲਿਓ ਆ ਫਿਲ ਕਰ ਲਓ ਇੱਥੇ ਆਪਾਂ ਨੇ ਲਿਖਣਾ ਸੀ ਆਈ ਹੈਵ ਅ ਕਾਊ It is about four feet tall. its colour is white by nature. it is very calm. It has four legs, it eats grass, it drinks water, it lives in a shed, it can run. its young ones are called calves. It gives us milk. I call it kamdenu. I love my cow very much. Ti next the. ਰਾਈਟ ਅ ਪ੍ਰੋਪਰ ਨਾਉਨ ਫॉर ਈਚ ਕਾਮਨ ਨਾਉਨ ਗਿਵਨ ਬਿਲੋ ਠੀਕ ਹੈ ਬੁੱਕ ਇਹ ਕਾਮਨ ਨਾਉਨ ਆ ਪ੍ਰੋਪਰ ਨਾਉਨ ਲਿਖਣੀ ਹੈ ਰਮਾਇਣਾ ਦਾ ਰਮਾਇਣਾ ਡੇ ਸੰਡੇ ਮੂਵੀ ਮਿਸਟਰ ਇੰਡੀਆ ਵਿਲੇਜ ਤਾਂ ਬਿਗੂ ਜਿਹੜਾ ਤੁਸੀਂ ਲਈ ਮੂਵੀ ਕੋਈ ਵੀ ਨਾਮ ਲਿਖ ਸਕਦੇ ਹੋ ਮੂਵੀ ਦਾ ਵਿਲੇਜ ਦਾ ਤੁਸੀਂ ਆਪਣੇ ਪਿੰਡ ਦਾ ਵੀ ਨਾਮ ਇੱਥੇ ਲਿਖ ਸਕਦੇ ਹੋ ਠੀਕ ਹੈ ਮੋਬਾਈਲ ਫੋਨ ਕਿਸੇ ਵੀ ਕੰਪਨੀ ਦਾ ਨਾਮ ਇੱਥੇ ਦੇਖੋ ਜਿਵੇਂ Samsung ਈਟਰੀ ਹਵੇਲੀ ਠੀਕ ਹੈ ਈਟਰੀ ਦਾ ਮਤਲਬ ਹੋਟਲ ਤੋਂ ਹੈ ਠੀਕ ਹੈ ਨਨ ਹਿੱਲ ਸਟੇਸ਼ਨ ਨੂੰ ਮਨਾਲੀ ਹਿਸਟੋਰੀਕਲ ਬਿਲਡਿੰਗ ਦਾ ਤਾਜ ਮਹਿਲ ਠੀਕ ਹੈ ਨੈਕਸਟ ਹੋ ਗਿਆ ਆਪਣੇ ਕੋਲ ਕਲੋਜ਼ ਯਰ ਆਇਜ਼ ਫॉर ਫਿਊ ਸੈਕੰਡਸ ਐਂਡ ਇਮੇਜਿਨ ਅ ਬਿਊਟੀਫੁਲ ਗਾਰਡਨ ਬਿਊਟੀਫੁਲ ਗਾਰਡਨ ਦੀ ਤੁਸੀਂ ਕਲਪਨਾ ਕਰਨੀ ਹੈ ਤੇ ਫਿਰ ਦੇਖਣਾ ਹੈ ਉਸ ਦੇ ਵਿੱਚ ਕੀ ਕੀ ਚੀਜ਼ਾਂ ਨੇ ਗਾਰਡਨ ਦੇ ਵਿੱਚ ਉੱਥੇ ਲਿਖਣੀਆਂ ਨੇ ਆਪਾਂ ਨੇ ਠੀਕ ਹੈ ਜਿਵੇਂ ਪਲਾਂਟਸ ਹੁੰਦੇ ਆ ਗਾਰਡਨ ਦੇ ਵਿੱਚ ਫਲਾਵਰਸ ਹੋਣਗੇ ਵਾਟਰ ਹੋਏਗਾ ਸੋਇਲ ਹੋਏਗੀ ਮਿੱਟੀ ਤੇ ਕ੍ਰੀਪਰਸ ਬੇਲਾ ਬੈਂਚਸ ਹੋਣਗੇ ਗਰਾਸ ਹੋਏਗਾ ਫਾਉਂਟੇਨ ਫੁਆਰਾ ਸਲਾਈਡ ਸੌਣ ਗਿਆ ਪੀਪਲ ਹੋਣ ਦੇ ਉੱਤੇ ਠੀਕ ਹੈ ਸੋ ਹਾਊ ਮੈਨੀ ਕਾਮਨ ਨਾਉਨਸ ਆਰ देयर ਇਨ ਯੋਰ ਲਿਸਟ ਆਪਣੀ ਲਿਸਟ ਵਿੱਚ ਕਾਮਨ ਨਾਉਨ ਕਿੰਨੇ ਨੇ ਠੀਕ ਹੈ 10 ਕਾਮਨ ਨਾਉਨ ਨੇ ਸਾਰੇ ਕਾਮਨ ਨੇ ਹੀ ਦਨ ਹਾਊ ਮੈਨੀ ਪ੍ਰੋਪਰ ਨਾਉਨਸ ਆਰ देयर ਇਨ 0 ਹੈ ਤੇ ਕੋਈ ਆਪਾਂ ਨੇ ਪ੍ਰੋਪਰ ਨਾਉਨ ਦਾ ਲਿਖਿਆ ਹੀ ਨਹੀਂ ਹੈਗਾ ਤੁਸੀਂ ਚਾਹੋ ਤਾਂ ਲਿਖ ਸਕਦੇ ਹੋ ਠੀਕ ਹੈ ਪ੍ਰੋਪਰ ਨਾਉਨ ਤੇ ਇੱਥੇ ਉਹ ਜਿੰਨੀ ਜਿੰਨੇ ਤੁਸੀਂ ਪ੍ਰੋਪਰ ਨਾਉਨ ਤੇ ਫਿਲ ਕਰੋਗੇ ਉਨੇ ਗਿਣਤੀ ਇੱਥੇ ਤੁਸੀਂ ਉਹ ਲਿਖ ਦੇਣੀ ਹੈ ਠੀਕ ਹੈ ਨੈਕਸਟ ਟ੍ਰਾਂਸਲੇਸ਼ਨ ਕਲੋਜ਼ ਯਰ ਬੁక్స్ ਆਪਣੀਆਂ ਕਿਤਾਬਾਂ ਬੰਦ ਕਰੋ ਓਪਨ ਦਾ ਡੋਰ ਦਰਵਾਜ਼ਾ ਖੋਲੋ ਆਪਣੀਆਂ ਕਿਤਾਬਾਂ ਖੋਲੋ ਓਪਨ ਯਰ ਬੁక్స్ ਦਰਵਾਜ਼ਾ ਬੰਦ ਕਰੋ ਸ਼ਟ ਦਾ ਡੋਰ ਲਿਸਨਿੰਗ ਪ੍ਰੈਕਟਿਸ ਸੈਕਸ਼ਨ 1 ਹੈ ਬੇਟਾ ਹੂ ਵਾਸ ਹੈਪੀ ਟੂ ਮੂਵ ਟੂ ਅ ਵਿਲੇਜ ਰਜਿੰਦਰ ਵਾਟ ਡਿਡ ਰਜਿੰਦਰਸ ਪੇਰੈਂਟਸ ਬਾਇ ਇਨ ਦਾ ਵਿਲੇਜ ਅ ਫਾਰਮ ਵਿਚ ਐਨੀਮਲ ਹੈਜ਼ ਨਾਟ ਬੀਨ ਮੈਂਸ਼ਨਡ ਇਨ ਦਾ ਆਡੀਓ এলিਫੈਂਟਸ ਵਾਟ ਵਾਸ ਰਜਿੰਦਰ ਫਰੈਡ ਆਫ ਕਾਊਜ਼ who explained to rajinder that cows are useful rajinder's mother section 2 pigeons are used to carry messages a carrier pigeon is like a cat when the pigeon was set free it would go back to the home a message was attached to the leg of the pigeon the pigeons uh, served as a domestic messenger next apne kol imagine your family has a farm tade parivar da ek farm hai khet hai ਉੱਤੇ ਤੁਸੀਂ ਕੀ ਕੀ ਰੱਖੋਗੇ ਇਸ ਬਾਰੇ ਹੈ ਕੁਐਸਚਨਸ ਨੇ ਇਹ what would you have on your farm ਫਾਰਮ ਤੇ ਤੁਸੀਂ ਕੀ ਕੀ ਰੱਖੋਗੇ ਜਿਵੇਂ ਕਿ ਸ਼ੀਪ ਗੋਟਸ ਹੈਂਡਸ ਕਾਊਜ਼ ਬਫਲੋਜ਼ ਠੀਕ ਹੈ which crop اور प्लांट्स ਵੀਡਿਓ ਯੂਅਰ ਫੈਮਲੀ ਗ로우 অন ਦਾ ਫਾਰਮ ਉਸ ਖੇਤ ਦੇ ਵਿੱਚ ਤੁਹਾਡਾ ਪਰਿਵਾਰ ਕਿਹੜੀ ਕਿਹੜੀ ਫਸਲ ਅਤੇ ਕਿਹੜੇ ਕਿਹੜੇ ਪੌਦੇ ਉਗਾਏਗਾ crop ਜਿਵੇਂ wheat maize rice ਹੋਰ ਵੀ ਤੁਸੀਂ ਲਿਖ ਸਕਦੇ ਹੋ ਬਟ ਐਡ ਕਰ ਸਕਦੇ ਹੋ ਠੀਕ ਹੈ प्लांट्स ਪੌਦੇ ਕਿਹੜੇ ਕਿਹੜੇ ਹੈ ਜਿਵੇਂ ਲੈਂਮਨ ਦਾ ਪੌਦਾ ਮੰਗੇਓ ਦਾ ਠੀਕ ਹੈ ਹੋਰ ਵੀ ਤੁਸੀਂ ਐਡ ਕਰ ਸਕਦੇ ਹੋ ਇਸ ਦੇ ਵਿੱਚ 왓 ਐਨੀਮਲਸ ਵੁੱਡ ਯੂ ਰੇਜ਼ ਔਨ ਯਰ ਫਾਰਮ ਆਪਣੇ ਖੇਤ ਦੇ ਵਿੱਚ ਕਿਹੜੇ-ਕਿਹੜੇ ਜੋ ਹੈ ਪਸ਼ੂਆਂ ਨੂੰ ਤੁਸੀਂ ਪਾਲੋਗੇ ਠੀਕ ਹੈ ਜਿਵੇਂ ਗੋਟ ਸ਼ੀਪ ਚਿਕਨ ਡੱਕ ਕੋਈ ਹੋਰ ਵੀ ਤੁਸੀਂ ਲਿਖ ਸਕਦੇ ਹੋ ਠੀਕ ਹੈ ਦੈਨ ਵਾਈ ਵਿਲ ਯੂ ਕੀਪ 뎀 ਤੁਸੀਂ ਕਿਉਂ ਰੱਖੋਗੇ ਉਹਨਾਂ ਨੂੰ ਬਿਕਾਜ਼ ਆਈ ਲਵ ਰੇਜ਼ਿੰਗ 뎀 ਕਿਉਂਕਿ ਉਹਨਾਂ ਨੂੰ ਪਾਲਣਾ ਮੈਨੂੰ ਚੰਗਾ ਲੱਗਦਾ ਹੈ ਨੈਕਸਟ ਵੇਅਰ ਵੁੱਡ ਯੂ ਸੇਲ ਦਾ ਕ੍ਰੌਪ ਫਸਲ ਕਿੱਥੇ ਵੇਚੋਗੇ ਪ੍ਰੋਡਕਟ ਕਿੱਥੇ ਵੇਚੋਗੇ ਇਨ ਮਾਰਕੀਟ ਨੈਕਸਟ ਆਪਣੇ ਕੋਲ ਹੈ ਗਿਆ ਰਾਈਟ ਦਾ ਸਾਊਂਡਸ ਮੇਡ ਬਾਈ ਦਾ ਫਲੋਇੰਗ ਐਨੀਮਲਸ ਇਹਨਾਂ ਐਨੀਮਲਸ ਦੀ ਸਾਊਂਡ ਲਿਖਣੀ ਹੈ ਲਾਇਨ ਰੋਰਸ ਡੌਗ ਬਾਕਸ ਹਾਰਸ ਨੇਸ ਕਾਉ ਮੂਸ ਡਕ ਕਵੈਕਸ ਐਂਡ ਸਨੇਕ ਹਿਸਸ ਦੈਨ ਚੂਜ਼ ਕਾਮਨ ਐਂਡ ਪ੍ਰੋਪਰ ਨਾਊਨ ਆ ਦਿੱਤਾ ਹੋਇਆ ਇਹਦੇ ਵਿੱਚੋਂ ਕਾਮਨ ਤੇ ਪ੍ਰੋਪਰ ਨਾਊਨ ਆਪਾਂ ਨੇ ਚੂਜ਼ ਕਰ ਰਹੇ ਨੇ ਤੇ ਇੱਥੇ ਲਿਖਣੀਆਂ ਨੇ ਬੇਟਾ ਆ ਕਾਮਨ ਨਾਊਨ ਨੇ ਦੇਖੋ ਡਸਟ ਹੈ Song ਹੈ Pizza ਹੈ Friendship ਹੈ ਕੋਰਨ ਨਿਊਜ਼ਪੇਪਰ ਬੀਚ ਹੋਟਲ ਕੈਫੇ ਵੈਬਸਾਈਟ ਪ੍ਰੋਪਰ ਨਾਉਨ ਜਿਵੇਂ ਇਸ ਵਿੱਚ ਦਿੱਤੇ ਨੇ ਐਮ ਐਸ ਜੇਨ ਥਰਸਡੇ ਡਿਸੰਬਰ ਸੈਮਸੰਗ ਜੁਪੀਟਰ ਲਖਨਊ 터ਕੀ ਆਸਟ੍ਰੇਲੀਆ ਇੰਡੀਆ ਗੂਗਲ ਇਹ ਸਾਰੇ ਕੀ ਨੇ ਪ੍ਰੋਪਰ ਨਾਉਨਸ ਨੇ ਇਹਦੇ ਵਿੱਚੋਂ ਹੀ ਛਾਂਟ ਕੇ ਆਪਾਂ ਇੱਥੇ ਲਿਖਣਾ ਅਲੱਗ-ਅਲੱਗ ਲਿਸਟ ਬਣਾਣੀ ਸੀ ਇਹਨਾਂ ਦੀ ਠੀਕ ਹੈ ਸੋਰੀ ਲੁੱਕ ਐਟ ਦਾ ਪਿਕਚਰਸ ਇਹ ਪਿਕਚਰ ਦੱਸਣੇ ਮੇਟੇ ਜਿਵੇਂ ਆ ਲੂਫ ਦੀ ਪਿਕਚਰ ਹੈ ਬਟਰ ਹੈ ਬਿਲਡਿੰਗ ਹੈ ਕੰਟਰੀ ਸਾਈਡ ਪਿੰਡ ਦਾ ਸੀਨ ਹੈ ਦਿਹਾਤੀ ਠੀਕ ਹੈ ਤੇ ਬਾਇਸਨ ਹੈ ਦੈਨ ਆਪਣੇ ਕੋਲ ਆ ਗਿਆ ਜੀ ਇਹ ਜੀਵ ਨੇ ਕ੍ਰੀਏਚਰ ਠੀਕ ਹੈ ਸੋ ਇੱਥੇ ਤੁਹਾਡੀ ਵਰਕਸ਼ੀਟ ਬੇਟਾ ਕੰਪਲੀਟ ਹੋ ਗਈ ਵਰਕਸ਼ੀਟ ਨੰਬਰ 1 ਨੈਕਸਟ ਵਰਕਸ਼ੀਟ ਨੰਬਰ 2 ਵੀ ਨਾਲ ਦੀ ਨਾਲ ਅਪਲੋਡ ਮੈਂ ਕਰ ਰਿਹਾ ਹੁਣੇ ਹੀ 3 ਵੀ ਠੀਕ ਹੈ 1 2 3 ਇਕੱਠੀਆਂ ਤੁਹਾਡੇ ਕੋਲ ਪਹੁੰਚ ਜਾਣਗੀਆਂ ਸਾਰੀਆਂ ਫਿਲ ਕਰ ਲਿਓ ਇਸ ਤੋਂ ਪਹਿਲਾਂ 7 8 9 ਅਪਲੋਡ ਹੋ ਚੁੱਕੀ ਹੈ ਜੇਕਰ ਉਹ ਵੀਡੀਓ ਨਹੀਂ ਦੇਖੀ ਹੋ ਵੀ ਤੁਸੀਂ ਦੇਖ ਲਿਓ ਬੇਟਾ ਠੀਕ ਹੈ ਹੁਣ 1 2 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਕੰਪਲੀਟ ਵਰਕਬੁੱਕ ਜੋ ਹੈ ਤੁਹਾਨੂੰ ਗੇਟਵੇ ਟੂ ਇੰਗਲਿਸ਼ ਚੈਨਲ ਤੇ ਅਵੇਲੇਬਲ ਹੋ ਜਾਏਗੀ ਪਲੇਲਿਸਟ ਬਣੀ ਹੋਈ ਹੈ ਤੁਹਾਡੀ ਇਸ ਚੈਨਲ ਦੇ ਉੱਪਰ ਪਲੇਲਿਸਟ ਖੋਲਿਆ ਕਰੋ ਬੇਟਾ ਠੀਕ ਹੈ 6ਥ ਕਲਾਸ ਨਿਊ ਇੰਗਲਿਸ਼ ਵਰਕਬੁੱਕ ਸੈਸ਼ਨ 2022-23 ਦੇ ਨਾਂ ਤੇ ਪਲੇਲਿਸਟ ਹੈ ਉਹ ਪਲੇਲਿਸਟ ਖੋਲੋਗੇ ਤੁਸੀਂ ਤੁਹਾਨੂੰ ਸਾਰੀਆਂ ਆਡੀਓਜ਼ ਉਸਦੇ ਵਿੱਚ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਠੀਕ ਹੈ ਉਸ ਨੂੰ ਦੇਖ ਕੇ ਤੁਸੀਂ ਆਪਣੀ ਵਰਕਬੁੱਕ ਫੀਲ ਕਰ ਸਕਦੇ ਹੋ ਇਸੇ ਤਰ੍ਹਾਂ ਬਾਕੀ ਹੋਰ ਕਲਾਸਿਸ ਦੀ ਜਿਹੜੇ ਵਰਕਬੁੱਕ ਵੀ ਇਸ ਚੈਨਲ ਤੇ ਸੋਲਵ ਕੀਤੀ ਹੋਈ ਪਈ ਹੋਈ ਹੈ ਉਹ ਤੁਹਾਡੇ ਜੋ ਫਰੈਂਡਸ ਨੇ ਬ੍ਰਦਰਸ ਸਿਸਟਰਸ ਜੋ ਵੀ ਇਹਨਾਂ ਜਮਾਤਾਂ ਵਿੱਚ ਪੜਦੇ ਹੋਣ ਉਹਨਾਂ ਨੇ ਵੀ ਜ਼ਰੂਰ ਦੱਸਿਓ ਤੁਸੀਂ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਵਾਇਓ ਬਟਾ ਥੈਂਕ ਯੂ ਵੈਰੀ ਮੱਚ ਬਾਏ ਬਾਏ